ਇੰਗਲੈਂਡ ਦੇ ਵਿੱਚ ਲੋਕ ਰਾਜ ਦਾ ਕਤਲ ਹੋਇਆ ਸੀ। ਉੱਚਤਮ ਨਿਆਲੇ ਨੂੰ ਸੰਵਿਧਾਨ ਦੀ ਧਾਰਾ 142 ਦੇ ਤਹਿਤ ਜਿਹੜੀ ਲੜਾਈ ਸਾਡੇ ਵੀਰ ਲੱਕੀ ਜੀ ਨੇ ਔਰ ਉਹਨਾਂ ਦੇ ਸਾਥੀਆਂ ਨੇ ਲੜੀ ਸੀਗੀ, ਉਸ ਲੜਾਈ ਨੂੰ ਮੁੱਖ ਰੱਖਦਿਆਂ ਹੋਇਆ ਇੱਥੇ ਲੋਕ ਰਾਜ ਦਾ ਕਤਲ ਬਚਾਇਆ। ਇੰਡੀਆ ਧਿਰ ਦਾ ਉਮੀਦਵਾਰ ਹੋਣ ਦੇ ਨਾਤੇ ਮੈਂ ਲੋਕ ਰਾਜ ਨੂੰ ਬਚਾਉਣ ਦੀ ਲੜਾਈ ਲੜ ਰਿਹਾ, ਹਿੰਦੁਸਤਾਨ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈਗਾ। ਔਰ ਇਸ ਮੁਲਕ ਦਾ ਜਿਹੜਾ ਖਿਆਲ ਹੈ, ਜਿਸ ਮੁਲਕ ਦੇ ਖੜਾ ਮੁਲਕ ਖੜਾ ਹੈ, ਉਸ ਖਿਆਲ ਦੀ ਹਿਫਾਜ਼ਤ ਕਰਨ ਦੀ ਲੜਾਈ ਲੜ ਰਿਹਾ ਹੈਗਾ। ਅਤੇ ਇਸ ਲਈ ਸਾਡੇ ਜਿਹੜੇ ਸਾਰੇ ਸਾਥੀ ਨੇ, ਪ੍ਰਧਾਨ ਜੀ, ਲੱਕੀ ਜੀ, ਸਾਬਕਾ ਪ੍ਰਧਾਨ ਜੀ, ਹੋਰ ਬਾਕੀ ਜਿਹੜੇ ਸਾਰੇ ਸਾਥੀ ਇੱਥੇ ਆਏ ਨੇ, ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਔਰ ਹੁਣ ਮੀਡੀਆ ਦੇ ਸਾਥੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਕਿਆ ਕਹਿੰਦੇ ਨੇ, ਥੋੜ੍ਹਾ 2 ਮਿੰਟ ਦਾ ਸਮਾਂ ਦਿਓ ਕਿ ਆਪਣੇ ਸਾਥੀਆਂ ਨਾਲ ਗੱਲ ਕਰ ਲਈਏ। ਥੈਂਕ ਯੂ। ਓਕੇ।